ਦੀਨ ਦੇ ਅੰਦਰ ਇਹਨਾਂ ਚੀਜ਼ਾਂ ਪਰੋਂ ਬਹੁਤ ਸਾਰੀ ਤਬਾਹੀ ਆ। ਕੁਰਾਨ ਪਾਕ ਨੂੰ ਪੜ੍ਹਿਆ ਪਤਾ ਲੱਗਦਾ ਵੀ ਉਮਤਾਂ ਦੀ ਬਰਬਾਦੀ 'ਚ ਜ਼ਨਾ ਸ਼ਰਾਬ ਇਹੋ ਜਿਹੇ ਜੁਰਮਾਂ ਦਾ ਉਹਨਾਂ ਦਖਲ ਨਹੀਂ ਜਿੰਨਾ ਇਸਤਰਾਰ ਅੱਲਾਹ ਦਾ ਦਖਲ। ਅੱਲਾਹ ਦਾ ਨਾਂ ਲਾਇਆ ਕਿ ਮਦਬੀ ਪੇਸ਼ਵਾ ਪੰਡਿਤ ਪੀਰ ਮੌਲਵੀ ਦੀਨ ਨਵਾਂ ਬਣਾਈ ਗਏ। ਅਸਲ ਦੀਨ ਦੀ ਬਜਾਇ ਇੱਕ ਨਵਾਂ ਹੀ ਐਡੀਸ਼ਨ ਲੋਕਾਂ ਨੂੰ ਦੇ ਦਿੰਦੇ ਹੈ। ਔਰ ਲੋਕ ਇਹ ਸਮਝ ਕੇ ਵੀ ਬੜਾ ਨੇਕ ਕੰਮ ਉਹਦੇ 'ਚ ਫਸਦੇ ਚਲੇ ਗਏ। ਉਹਦਾ ਨਤੀਜਾ ਹੋਇਆ ਵੀ ਭਾਰਤ ਆਦਮੀ ਉਨਾ ਹੀ ਚੁੱਕ ਸਕਦਾ ਜਿੰਨੀ ਉਹਦੀ ਤਾਕਤ ਹੈ। ਜਦੋਂ ਹੋਰ ਇੰਨਾ ਲੱਗ ਦਿੱਤਾ ਤਾਂ ਅਸਲ ਦੀਨ ਉਹਨੇ ਕਿੱਥੋਂ ਚੁੱਕਣਾ ਸੀ? ਜਦੋਂ ਖਤਮ ਦਰੂਦਾਂ ਦੇ ਲੱਖਾਂ ਲੱਗ ਗਿਆ ਅਧਿਕਾਰ ਦੇਣ ਚੁੱਕੇ ਕਿੱਥੋਂ ਰਹਿ? ਇਸ ਤੋਂ ਪੁਰਾਣੇ ਪਾਕ ਦੇ ਅੰਦਰ ਸੂਰਾ ਅਲ ਆਰਾਫ ਤੁਸੀਂ ਪੜ੍ਹੋ ਅਤੇ ਚਾਰ ਜੁਰਮ ਅੱਲਾਹ ਤਾਲਾ ਨੇ ਬਿਆਨ ਫਰਮਾਏ ਔਰ ਥੱਲੇ ਉਤਾਰ ਗਿਆ। ਅਗਲੇ ਤੋਂ ਅਗਲਾ ਜੁਰਮ ਜਿਹੜਾ ਨਾ ਉਹ ਵੱਧ ਤੋਂ ਵੱਧ ਹੈ। ਮਗਰ ਅਫਸੋਸ ਹੈ ਵੀ ਇਸ ਬਣਾਉਣ ਦਾ ਬੰਦਿਆਂ ਨੂੰ ਪਤਾ ਨਹੀਂ ਲੱਗ, ਨਹੀਂ ਸਮਝਦੇ ਵੀ ਦੀਨ ਜਿਸ ਤਰ੍ਹਾਂ ਅੱਲਾਹ ਰਸੂਲ ਨੇ ਉਤਾਰਿਆ ਉਹਦੇ 'ਚ ਕਮੀ ਬੇਸ਼ੀ ਕਰਤੀ ਜਾਏ। ਅਤੇ ਇਸ ਤਰ੍ਹਾਂ ਹੀ ਆ ਜਿਵੇਂ ਕਿਸੇ ਤਬੀਬ ਕੋਲ ਆਦਮੀ ਨੁਸਖੇ ਲਈ ਜਾਏ ਅਤੇ ਇੱਕ ਅੱਛਾ ਨੁਸਖਾ ਸਹੀ ਟਿਪ ਦੇ ਮੁਤਾਬਕ ਤਜੀਜ਼ ਕਰ ਦੇ। ਇਹ ਬੰਦਾ ਆ ਕੇ ਆਪਣੀ ਸਮਝ ਨਹੀਂ, ਕਸਤੂਰੀ ਤੋਲਾ ਨਹੀਂ ਚਾਹੀਦੀ ਮਨ ਚਾਹੀਦੀ, ਉਹਦੇ 'ਚ ਪਾ ਲੈ ਦੂਸਰੀ ਦਵਾਈ ਵਧਾ ਲੈ। ਬਈ ਨੁਸਖੇ ਦਾ ਮਿਜ਼ਾਜ ਤਾਂ ਬਦਲ ਗਿਆ, ਤਬਾਹ ਹੋ ਜਾਂਦਾ। ਦੀਨ 'ਚ ਕਿਸੇ ਨੂੰ ਹੱਕ ਨਹੀਂ ਵੀ ਉਹ ਵਾਧਾ ਕਰੇ ਜਾਂ ਘਾਟਾ ਕਰੇ। ਜਦੋਂ ਇਹ ਉਮਤਾਂ ਨੇ ਕੰਮ ਕੀਤਾ, ਸੂਰਾ ਮੈਂ ਤੁਹਾਡੇ ਸਾਹਮਣੇ ਨਹਿਲ ਦੀਆਂ ਤਾਪੜੀਆਂ ਸੀ ਜਿਹਦੇ 'ਚ ਅੱਲਾਹ ਤਾਲਾ ਨੇ ਫਰਮਾਇਆ ਕਿਉਂ ਤੁਸੀਂ ਝੂਠ ਬਣਾ ਬਣਾ ਕੇ ਅਤੇ ਨਾ ਅੱਲਾਹ ਦਾ ਲਈ ਜਾਂਦੇ ਜੀ ਕਿ ਅੱਲਾਹ ਆਉਂਦਾ ਤਾਂ ਉਹਦਾ ਦੀਨ ਇਹ ਗੱਲ ਆਉਂਦਾ ਇਨ ਅੱਲਾਹ ਦੀਨ ਆਈ ਅਫਤਰੂਨ ਆਰ ਅੱਲਾਹ ਕਦਲਾ ਯੁਫਲ। ਜਿਹੜੇ ਅੱਲਾਹ ਦਾ ਨਾਂ ਲੈ ਕੇ ਝੂਠ ਬੋਲਦੇ ਨਾ ਆਪਣੇ ਕੋਲੋਂ ਦੀਨ ਬਣਾਉਂਦੇ ਕਹਿ ਦਿੰਦੇ ਅੱਲਾਹ ਦਾ ਦੀਨ, ਉਹ ਕਦੀ ਕਾਮਯਾਬ ਨਹੀਂ, ਉਹਨਾਂ ਦਾ ਬੇੜਾ ਨਹੀਂ ਪਾਰ ਹੋਣਾ। ਉਹਨਾਂ 'ਤੇ ਬਿਲਕੁਲ ਤਬਾਹ ਕਰਕੇ ਰੱਖਦਾ ਉਸ ਸਕੀਮ ਨੂੰ ਜਿਹੜੀ ਅੱਲਾਹ ਤਾਲਾ ਦੀ ਆਪਣੀ ਇਹ ਸੂਰਾ ਆਰਾਫ ਦੇ ਅੰਦਰ ਤੁਸੀਂ ਵੇਖੋ ਕਿ ਅੱਲਾਹ ਤਾਲਾ ਚਾਰ ਗੁਣਾ ਬਿਆਨ ਕੀਤੇ। ਇਮਾਮ ਇਬਨ ਕਈਮ ਰਹਿਮਤੁੱਲਾਹ ਅਲੈਹ ਫਰਮਾਉਂਦੇ ਇਲਾਮ ਉਲ ਮਕੀਨ ਕਿ ਥੱਲੇ ਉਤਾਨ ਹੋ ਗਿਆ, ਪਹਿਲਾ ਗੁਨਾਹ ਬਹੁਤ ਵੱਡਾ, ਉਦੋਂ ਅਗਲਾ ਉਹ ਤੋਂ ਵੱਡਾ, ਉਸ ਤੋਂ ਅਗਲਾ ਉਹ ਤੋਂ ਵੱਡਾ, ਵੱਡੇ ਤੋਂ ਵੱਡੇ ਗੁਨਾਹ ਇਹ ਜਿਹੜੇ ਨਾ ਬਣਦੇ ਚਲੇ ਗਏ। ਔਰ ਇਹ ਦੱਸਿਆ ਵੀ ਇਹਦੇ ਨਾਲ ਬਈ ਬਰਬਾਦੀ ਹੋ ਜਾਂਦੀ ਹੈ, ਦੀਨ ਜਿਹੜਾ ਉਹਦਾ ਕੁਛ ਨਹੀਂ ਰਹਿ। ਇਹ ਸਮਝੋ 33 ਨੰਬਰ ਹੈ ਸੂਰਾ ਆਰਾਫ ਕੁਲ ਇਨਮਾ ਹਰਰਾਮਾ ਰੱਬੇ ਅਲ ਫਵਾਹਿਸ਼ਾ ਮਾ ਦਾ ਹਰਾਮ ਮਿਨਾ। ਕਹਿ ਦੇ ਕਿ ਮੇਰੇ ਰੱਬ ਨੇ ਪਹਿਲੀ ਸ਼ਾਇਦ ਜਿਹੜੀ ਹਰਾਮ ਕੀਤੀ ਨੂੰ ਤਾਂ ਆਪਣੇ ਬੰਦਿਆਂ ਨੂੰ ਰੋਕਿਆ, ਉਹ ਬੇਹਯਾਈ ਦੇ ਕੰਮ, ਭਾਵੇਂ ਉਹ ਸਾਫ ਸਾਹਮਣੇ ਆਉਂਦੇ ਆ ਅਤੇ ਭਾਵੇਂ ਉਹ ਛੁਪੇ। ਸਾਫ ਤੇ ਵੀ ਕਿਸੇ ਨੇ ਕਹਿੰਦਾ ਗਲ ਲੱਗ ਗਿਆ, ਬੋਸਾ ਲੈ ਲਿਆ, ਦਨਾ ਕਰ, ਇਹ ਜ਼ਾਹਿਰ। ਔਰ ਇਹ ਕੀ ਹੈ ਵੀ ਦਿਲ 'ਚ ਨੀਤਾਂ ਭੈੜੀਆਂ, ਹਰ ਵੇ ਸੀਮਾ ਬਣਾਉਂਦਾ, ਬੁਰੇ ਇਰਾਦੇ, ਜ਼ਾਹਿਰ ਨਹੀਂ ਕਰ ਤੁਰਲਾ ਆਉਂਦਾ, ਜ਼ਾਹਿਰ ਬਾਤਨ ਜੋ ਵੀ ਬੇਹਯਾਈ ਹੈ ਸਭ ਬਾਤ। ਔਰ ਇਸ ਪਾਰੋਂ ਇਹ ਜ਼ਾਹਿਰ ਬਾਤਨ ਦੇ ਗੁਨਾਹ 'ਤੇ ਅੱਲਾਹ ਦੇ ਰਸੂਲ ਨੇ ਫਰਮਾਇਆ ਸੱਲੱਲਾਹੁ ਅਲੈਹਿ ਵਸੱਲਮ ਕਿ ਜਿਹੜੀ ਔਰਤ ਖੁਸ਼ਬੂ ਲਗਾ ਕੇ ਕਿਸੇ ਮਜਲਸ ਦੇ ਕੋਲੋਂ ਦੀ ਲੰਘਦੀ ਹੈ ਭਾਇਆ ਕਜ਼ਾ ਵਕਲ। ਹਜ਼ੂਰ ਨੇ ਐਸੇ ਸਖਤ ਲਫ਼ਜ਼ਰਨਾ ਕੋ ਐਸੀ ਵੈਸੀ ਬਹੁਤ ਬਦਕਾਰ ਔਰ ਬਦਮਾਸ਼ ਆ, ਕੀ ਲੋੜ ਹੈ ਉਹਨੂੰ ਖੁਸ਼ਬੂਆਂ ਲਾ ਕੇ ਲੋਕਾਂ ਦੇ ਵਿੱਚ ਆਪਣਾ ਆਪ ਦਿਖਾਉਂਦੀ ਫਿਰ। ਔਰ ਇਸ ਤੋਂ ਪਰਦੇ ਦੇ ਬਾਰੇ ਸਮਝ ਲਓ ਨੁਕਤੇ ਦੀ ਗੱਲ, ਕੋਈ ਨਹੀਂ ਬੁਰਕਾ ਬਣਾਓ ਤੇ ਸਭ ਗੱਲਾਂ ਫੈਸ਼ਨੀ ਹੈ, ਬੁਰਕੇ ਵਾਲੀਆਂ ਜਿਹੜੀਆਂ ਦੂਜੀਆਂ ਨੇ ਲੁੱਚ ਤਲ ਰਹੀਆਂ, ਵਿਆਹਵੇਂ ਅੱਖਾਂ ਅੱਗੇ ਐਨਕਾਂ ਲਾਈਆਂ, ਵਿੱਚੋਂ ਸਭ ਬਦਮਾਸ਼ੀ ਹੋ ਰਹੀ। ਅਸਲ ਪਰਦਾ ਕੀ ਹੈ? ਤਬਰੁਜ ਨਹੀਂ ਹੋਣਾ ਚਾਹੀਦਾ ਕਿਸੇ ਮਜਲਸ 'ਚ, ਔਰਤ 'ਚ, ਕਿਸੇ ਦਫ਼ਤਰ 'ਚ, ਬੰਦਿਆਂ ਨੂੰ ਪਤਾ ਵੀ ਨਹੀਂ ਲੱਗੇ ਕੋਈ ਔਰਤ ਇੱਥੇ। ਜਦੋਂ ਕੋਈ ਨਖਰਾ ਕਰੇ, ਕੋਈ ਨਵਾਂ ਲਿਬਾਸ ਪਹਿਨੇ, ਕੋਈ ਚਾਲ ਦਾ ਜਿਹਦਾ ਅਹਿਸਾਸ ਹੋ ਜਾਏ ਵੀ ਬਸ ਕੀ ਇੱਥੇ ਕੋਈ ਔਰਤ, ਇਹ ਤਬਰੁਜ ਜਾ ਕੇ ਆਪਣੀ ਨੁਮਾਇਸ਼ ਕੀਤੀ ਹੋਵੇ, ਇਹ ਭਾਵੇਂ ਪਰਦੇ 'ਚ ਭਾਵੇਂ ਨਹੀਂ ਪਰਦੇ, ਬਿਲਕੁਲ ਬੇਹਯਾ ਬਦਕਾਰ ਹੋ। ਤਾਂ ਅੱਲਾਹ ਫਰਮਾਉਂਦਾ ਪਹਿਲੀ ਸ਼ਾਇਦ ਜਿਹੜੀ ਰੱਬ ਨੇ ਹਰਾਮ ਕੀਤੀ ਹੈ ਉਹ ਬੇਹਯਾਈ ਦੇ ਕੰਮ ਹੈ, ਭਾਵੇਂ ਉਹ ਸਾਹਮਣੇ ਆ ਅਤੇ ਭਾਵੇਂ ਛੁਪੇ। ਇਸ ਤੋਂ ਅੱਗੇ ਫਰਮਾਇਆ ਵੱਲ ਇਸਮਾ ਵੱਲ ਬਗੀਆ ਬਗੈਰ ਹੱਕ। ਇਸ ਤੋਂ ਅਗਲੀ ਸ਼ਾਇਦ ਜਿਸ ਤੋਂ ਅੱਲਾਹ ਤਾਲਾ ਨੇ ਰੋਕਿਆ ਬੰਦਿਆਂ ਨੂੰ ਉਹ ਇਸਮਰ ਬਗੀ, ਦੋ ਲਫ਼ਜ਼ ਆਏ, ਗੁਨਾਹ ਔਰ ਜ਼ਿਆਦਤੀ। ਇਸਮ ਕੀ ਹੈ? ਇਸਮ ਅਰਬੀ ਜ਼ਬਾਨ ਗੁਨਾਹ ਅਸੀਂ ਤਰਜਮਾ ਕਰਦੇ ਕੁਸਾਈ ਨੂੰ ਆਉਂਦੇ ਕਿ ਮੈਂ ਜਿੰਨਾ ਚਿਰ ਦਾ ਹੱਕ ਆ ਉਹਨਾਂ ਨਹੀਂ ਦਿੰਦਾ, ਉਹਦੀ ਕਮੀ ਕਰਨਾ, ਇਹ ਕਮੀ ਕਰਨੀ, ਕਿਸੇ ਦਾ ਹੱਕ ਮਾਰਨਾ, ਇਹ ਗੁਨਾਹ ਜਿਹੜੇ ਇਸਮ ਖਾਉਂਦੇ। ਇਸ ਤੋਂ ਨਾਕਾ ਤੋਂ ਨਾਸਮਾ ਉਹ ਊਂਟਨੀ ਜਿਹੜੀ ਸਹੀ ਨਹੀਂ ਚੱਲ ਸਕਦੀ, ਪਿੱਛੇ ਰਹਿ ਗਈ ਹੈ, ਉਹਨੂੰ ਆਉਂਦੇ ਕਿ ਗੁਨਾਹਗਾਰ ਊਂਟਨੀ। ਗੁਨਾਹ 'ਤੇ ਗਿਰਾ ਤੇ ਮੈਂ ਤਰਜਮਾ ਕੇ ਆਸਣਾ। ਅੱਲਾਹ ਕਿਹਾ ਨਾ ਹੱਕ ਮਾਰੋ ਦੂਜਿਆਂ ਦੇ, ਬਗੀ ਕੀ ਹੈ ਕਿ ਦੂਜਿਆਂ ਦਾ ਹੱਕ ਛੀਨਣਾ, ਇਹ ਉਹ ਇਸਮ ਸੀ ਨਾ ਦੇਣਾ, ਇਹ ਉਲਟਾ ਉਹਨਾਂ ਦਾ ਵੀ ਖੋਲਣਾ। ਦੂਜੀ ਸ਼ਾਇ ਹਰਾਮ ਕੀਤੀ ਹੈ ਕਿ ਅੱਲਾਹ ਤਾਲਾ ਨੇ ਇਹ ਵੀ ਬੰਦਿਆਂ ਵਾਸਤੇ ਮਨਾ ਕਰ ਕਿ ਨਾ ਹੱਕ ਮਾਰੋ ਕਿਸੇ ਦਾ ਅਤੇ ਨਾ ਕਿਸੇ ਦਾ ਛੀਨੋ। ਵਾਨ ਤੁਸ਼ਰੇ ਕੂ ਬਿੱਲਾ ਮਾਲਮ ਯੂ ਨਜ਼ਰ ਬੀ ਸੁਲਤਾਨਾ। ਔਰ ਇਹ ਵੀ ਅੱਲਾਹ ਨੇ ਹਰਾਮ ਕੀਤਾ ਕਿ ਤੁਸੀਂ ਅੱਲਾਹ ਦੇ ਨਾਲ ਉਹਨਾਂ ਚੀਜ਼ਾਂ ਨੂੰ ਸ਼ਰੀਕ ਕਰੋ ਜਿਹਨਾਂ ਦਾ ਕਿਤੇ ਉਹਨੇ ਆਪਣੀ ਕਿਤਾਬ ਜ਼ਿਕਰ ਨਹੀਂ ਕੀਤਾ। ਵੀ ਬਿਜਲੀ ਦਾ ਮਹਿਕਮਾ ਮੈਂ ਬਾਬੇ ਫਰੀਦ ਨੂੰ ਦੇਵਤਾ ਦੇ ਰਿਜ਼ਕ ਦੇਣ ਦਾ ਅੰਦਾਜ਼ਾ ਕਰਨ ਕੋਈ ਹੋਇਆ, ਕਿਉਂ ਤੁਸੀਂ ਕੋਲੋਂ ਹੀ ਉਹਦੀ ਹਕੂਮਤ ਜਿਹੜੀ ਅਲਾਟ ਕਰੀ ਜਾਂਦੇ? ਪਟਵਾਰੀਆਂ ਦਾ ਧੰਦਾ ਵੀ 4 ਰੁਪਈਏ ਦਿਓ ਤਾਂ ਜੀ ਜ਼ਮੀਨ ਉਹਦੇ ਨਾਲ ਆ ਜਾਓ, ਖੁਦਾ ਦੀ ਬਾਦਸ਼ਾਹੀ ਵੰਡੀ ਫਿਰਦੇ। ਅੱਲਾਹ ਨੇ ਕਿਸੇ ਲਈ ਕੋਈ ਦਲੀਲ ਨਹੀਂ ਉਤਾਰੀ
उन्हें दुनिया आप ही बनाई ते आपे चलाउंदा कोई वली नबी उहदे नाल शरीक नहीं फैसले उहदे अपने यह तीन बयान करके किडे वड्डे वड्डे गुनाह जिते जाके रुकिया होया वन तकूल अल्लाह मारा तारा जिस शायद तुहानू इलम नहीं वह तुम अल्लाह का नाम लैके करो तो सब तो वड्डा जुर्म है चौथा दीन तुम बदल दो अल्लाह ने जरा मिजाज दीन का बनाया सी इन्नी नमाज पाओ इन्ना रोजा पाओ वो सी ठीक तुम जो कमी बेसी करती यह हूँ वो दीन नहीं रहा जरा अल्लाह ने उतारा यह तुहाडे सामने मोढ़े चल पड़िया कि एडे एडे आलम जदवान दे नहीं ये कम जो अच्छा ही हो जाए तबाह कर देंगी नहीं समझते किस तरह अल्लाह अल्लाह का नाम लैके तुम झूठ बोल रहे अल्लाह ने अपने दीन से गल कोई नहीं कही तुम इन दीन बनाई जाते हैं अल्लाह तआला ने जो दीन उतारिया वो आप पाकिस्तान बैलेंसड है मुतवाजन है कि वो बीवी बच्चों के हक भी पूरे होंगे रेंगे रोजी भी आदमी कमा सकता जिहाज भी कर जो तुम यह कर इन्ने हज़ार नफल पढ़ हूँ नफल ही पढ़ जोगा रह गया ना बाकी काम किड़े बेड़े उन्हें करने तुम अपनी जगह बड़े खुश होए कि असी दीन दसिया दीन ना दसिया तुम दीन का पट्ठा बिठा के रखना।